केपीडी न्यूज हक सच और इंसाफ की आवाज। केपीडी न्यूज हक सच और इंसाफ की आवाज। ਸਫਾਈ ਕਰਮਚਾਰੀਆਂ ਬਾਰੇ ਕੌਮੀ ਕਮਿਸ਼ਨ ਦੇ ਉਪ ਚੇਅਰਮੈਨ ਸ਼੍ਰੀ ਹੰਸ ਰਾਜ ਹੰਸ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸਫਾਈ ਸੇਵਕਾਂ ਦੀ ਭਲਾਈ ਸੰਬੰਧੀ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਕੈਂਪ ਲਗਾਉਣ ਤਾਂ ਜੋ ਸਫਾਈ ਸੇਵਕ ਵੱਖ ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਸਕਣ। ਅੱਜ ਇੱਥੇ ਅਧਿਕਾਰੀਆਂ ਦੀ ਇੱਕ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਵਰਤਮਾਨ ਸਮੇਂ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਵਿੱਚ ਸਫਾਈ ਸੇਵਕਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਕਿਉਂਕਿ ਜੋ ਸਫਾਈ ਸੇਵਕ ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਹਨਾਂ ਦੇ ਮਸਲਿਆਂ ਨੂੰ ਵਿਸ਼ੇਸ਼ ਤੌਰ 'ਤੇ ਤਵੱਜੋ ਦੇਣ ਦੀ ਲੋੜ ਹੈ। ਜਲੰਧਰ ਤੋਂ ਰਵੀ ਗਿੱਲ ਅਤੇ ਸੋਮਾ ਹੰਸ ਦੀ ਰਿਪੋਰਟ। ਆਫਿਸਰ ਸਾਹਿਬਾਨ ਤਸ਼ਰੀਫ ਲਿਆਏ, ਸਾਰੇ ਕੰਸਰਨ ਨੇ, ਸਾਰੇ ਫਿਕਰਮੰਦ ਆਫਿਸਰ ਨੇ। ਜਲੰਧਰ 'ਚ ਬਹੁਤ ਬ੍ਰਿਲੀਅੰਟ ਆਫਿਸਰ ਨੇ, ਬੜੇ ਇੰਟੈਲੀਜੈਂਟ ਨੇ, ਔਰ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਜਿਤਨੀਆਂ ਵੀ ਜੈਨੂਇਨ ਪ੍ਰੋਬਲਮ ਹੈ ਉਹ ਵਿਦ ਇਨ ਨੋ ਟਾਈਮ ਵਿਦਆਊਟ ਐਨੀ ਡਿਲੇ ਹੱਲ ਕਰਨਗੇ। ਔਰ ਮੈਂ ਬੜਾ ਖੁਸ਼ ਔਰ ਸੰਤੁਸ਼ਟ ਜਾ ਰਿਹਾ ਇਸ ਮੀਟਿੰਗ ਤੋਂ। ਆਈ ਹੋਪ ਕਿ ਅਗਲੀ ਮੀਟਿੰਗ ਤੋਂ ਪਹਿਲਾਂ ਇਹਨਾਂ ਗਰੀਬਾਂ ਮਜ਼ਦੂਰਾਂ ਦੇ ਚਿਹਰੇ 'ਤੇ ਰੌਣਕ ਆਉਂਦੀ। ਸਰ, ਇਹ ਸਫਾਈ ਯੂਨਿਕ ਸੇਵਕ ਹੈ, ਉਹਨਾਂ ਕੋਲ ਕੀ ਦਿੱਕਤਾਂ ਦੱਸੀਆਂ ਗਈਆਂ, ਤੁਹਾਨੂੰ ਕੀ ਪ੍ਰੋਬਲਮ ਆ ਰਹੀ? ਮੇਨ ਪ੍ਰੋਬਲਮ ਇਹ ਹੈ ਕਿ ਜਿਹੜਾ ਮੈਨੂਅਲ ਸਪੈਂਜਰ ਹੈ, ਸਫਾਈ ਕਰਮਚਾਰੀਆਂ ਨੂੰ ਫੋਰਸਫੁਲੀ ਜਾਂ ਕੁਛ ਇੱਦਾਂ ਸੀਵਰ ਦੇ ਵਿੱਚ ਡੈਥ ਹੋ ਰਹੀਆਂ, ਉਹਨਾਂ ਨੂੰ ਡਿਸੀਜ਼ ਹੋ ਜਾਂਦੀਆਂ, ਉਹਨਾਂ ਦੀ ਹੈਲਥ ਇੰਸ਼ੋਰੈਂਸ ਚਾਹੀਦੀ ਹੈ। ਸਭ ਤੋਂ ਵੱਡੀ ਪਵਾੜੇ ਦੀ ਜੜ੍ਹ ਹੈ ਠੇਕੇਦਾਰੀ ਪ੍ਰਥਾ। ਅਗਰ ਕੰਟਰੈਕਟਰ ਸਿਸਟਮ ਔਰ ਇਹ ਠੇਕੇਦਾਰੀ ਪ੍ਰਥਾ ਬੰਦ ਹੋ ਜਾਏ ਤਾਂ ਸਾਰੇ ਮੇਰੇ ਖਿਆਲ ਬਿਮਾਰੀਆਂ ਇਹਦੇ ਨਾਲ ਰਿਲੇਟਡ। ਨੈਸ਼ਨਲ ਸਫਾਈ ਸੇਵਕ ਆਯੋਗ ਦੇ ਰਹਿਨੁਮਾਈ ਹੈ ਕਾਚ ਜਲੰਧਰ ਵਿਖੇ ਅਤੇ ਮੀਟਿੰਗ ਹੋਲ 'ਤੇ ਮੀਟਿੰਗ ਹੋਈ ਸੀਗਾ, ਔਰ ਵੱਖ ਵੱਖ ਯੂਨੀਅਨਾਂ ਨੇ ਆਪਣਾ ਆਪਣਾ ਪ੍ਰੋਬਲਮ ਦੱਸਿਆ ਹੈ, ਤੋ ਅਸੀਂ ਉਸ ਪ੍ਰੋਬਲਮਸ ਨੂੰ ਸਾਰਿਆਂ ਨੂੰ ਨੋਟ ਕਰ ਦਿੱਤਾ ਹੈ, ਔਰ ਮਾਨਯੋਗ ਵਾਈਸ ਚੇਅਰਮੈਨ ਜੀ ਦਾ ਜਿਸ ਤਰ੍ਹਾਂ ਦਾ ਡਿਰੈਕਸ਼ਨ ਹੋਗਾ ਔਰ ਜਿਹੜਾ ਵੀ ਰੂਲ ਮੁਤਾਬਕ ਅਲਾਓ ਕਰੂਗਾ, ਇਸ ਨੂੰ ਜਲਦੀ ਤੋਂ ਜਲਦੀ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਆਗਮਨ 'ਤੇ ਅਸੀਂ ਅੱਜ ਜਿਹੜੀ ਅਲੱਗ ਅਲੱਗ ਮਹਿਕਮਿਆਂ ਨਾਲ ਮੀਟਿੰਗ ਕੀਤੀ, ਜਿਹੜੇ ਜਿਹੜੇ ਮੁੱਦੇ ਸੀਗੇ ਸਫਾਈ ਸੇਲ ਦੇ, ਉਸ ਸੰਬੰਧੀ ਜਿਹੜੇ ਸੰਬੰਧਿਤ ਅਧਿਕਾਰੀ ਉਹਨਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਆ ਅਤੇ ਇਹਨਾਂ ਦੇ ਜੋ ਵੀ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਊਗੀ ਅਤੇ ਅੱਗੇ ਜਿਹੜੀ ਕੰਪਲਾਈਂਸ ਰਿਪੋਰਟ ਉਹ ਕਮਿਸ਼ਨ ਨੂੰ ਭੇਜ ਦਿੱਤੀ ਜਾਊਗੀ। ਸਤਿਗੁਰ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।